ਕਹਿਣਾ ਕਿ ਹੁਣ ਅਸੀਂ ਆਪਸ ਦੇ ਵਿੱਚ ਪਹਿਲਾਂ ਸਲਾਹ ਕਰਾਂਗੇ ਜਦੋਂ ਪਰਿਵਾਰਕ ਮੈਂਬਰ ਉਹਦੀ ਪੂਰੀ ਜਾਂਚ ਹੁੰਦੀ ਪਰ ਨਾ ਜੇਲੇ ਕਰਦੇ ਪਰ ਰਿਮਾਂਡ ਤੇ ਰਹਿੰਦਾ ਅਸੀਂ ਇਸ ਸਟਾਫ 'ਚ ਰਹਿੰਦਾ ਸਾਨੂੰ ਠੰਡ ਰਹਿੰਦੀ ਅਸੀਂ ਕਰ ਦਿੰਦੇ ਸੰਸਕਾਰ ਪਰ ਹੁਣ ਜਿਹੜਾ ਸਰਕਾਰ ਨੇ ਕਿਹਾ ਉਹ ਜੇਲੇ ਚਲ ਗਿਆ ਜੇਲੇ ਤੋਂ ਕੱਲ ਨੂੰ ਫੇਰ ਬਿਮਾਰ ਪੈ ਜਾਊਗਾ ਉਹਨੂੰ ਫੇਰ ਹਸਪਤਾਲ ਲੈ ਆਉਣਗੇ ਫੇਰ ਜੀ ਐਸ਼ ਦੀ ਜ਼ਿੰਦਗੀ ਜੀਊਗਾ ਇਹਨਾਂ ਨੇ ਕੀ ਜੀ ਲਿਆ ਇਹਨਾਂ ਨੇ ਕੀ ਜੀਆ ਇਹ ਸਰਕਾਰ ਨੇ ਜੋ ਵੀ ਕੀਤਾ ਪਿੰਡ ਵਾਲਿਆਂ ਨੇ ਕੀਤਾ ਪੁਲਿਸ ਨੇ ਕੀਤਾ ਸਾਨੂੰ ਨਹੀਂ ਪਤਾ ਸਾਨੂੰ ਇਨਸਾਫ ਚਾਹੀਦਾ ਸਾਨੂੰ ਨਹੀਂ ਪਤਾ ਅਸੀਂ ਨਹੀਂ ਸੰਸਕਾਰ ਹੋਣਗੇ ਬਿਲਕੁਲ ਸਿੱਧੇ ਤੌਰ ਤੇ ਉਹੀ ਗੱਲ ਕਹੀ ਜਾ ਰਹੀ ਹੈ ਇਨਸਾਫ ਦੀ ਕਿ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਪ੍ਰੋਪਰ ਨਹੀਂ ਕੀਤੀ ਗਈ ਔਰ ਐਸਐਸਪੀ ਦੇ ਨਾਲ ਵੀ ਪਰਿਵਾਰ ਵੱਲੋਂ ਮੁਲਾਕਾਤ ਕੱਲ ਕੀਤੀ ਗਈ ਸੀ ਹਾਲਾਂਕਿ ਐਸਐਸਪੀ ਵੱਲੋਂ ਉਹਨਾਂ ਨੂੰ ਭਰੋਸਾ ਜ਼ਰੂਰ ਦਿੱਤਾ ਗਿਆ ਕਿ ਜੋ ਵੀ ਉਹਨਾਂ ਦੀ ਮੰਗ ਹੈ ਉਸ ਦੇ ਉੱਤੇ ਕੰਮ ਕੀਤਾ ਜਾਏਗਾ ਪਰ ਫਿਲਹਾਲ ਸਭ ਤੋਂ ਜਿਹੜਾ ਜ਼ਰੂਰੀ ਚੀਜ਼ ਹੁੰਦੀ ਹੈ ਕਿ ਜੇਕਰ ਕਿਤੇ ਵੀ ਕੋਈ ਕਤਲ ਦੀ ਵਾਰਦਾਤ ਇਸ ਤਰੀਕੇ ਦੇ ਨਾਲ ਹੁੰਦੀ ਹੈ ਉਸ ਤੋਂ ਬਾਅਦ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਔਰ ਅੰਤਿਮ ਸੰਸਕਾਰ ਤੱਕ ਜੋ ਹੈ ਪੁਲਿਸ ਵੱਲੋਂ ਉਹ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਕਿ ਸ਼ਾਂਤਮਈ ਢੰਗ ਦੇ ਨਾਲ ਜਿਹੜੀਆਂ ਅੰਤਿਮ ਕਿਰਿਆਵਾਂ ਨੇ ਅੰਤਿਮ ਜਿਹੜੀਆਂ ਰਸਮਾਂ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਔਰ ਕਿਸੇ ਤਰ੍ਹਾਂ ਦਾ ਕੋਈ ਵਾਦ ਵਿਵਾਦ ਨਾ ਹੋਵੇ ਪਰ ਇੱਥੇ ਫਿਲਹਾਲ ਪੁਲਿਸ ਦਾ ਕੋਈ ਅਧਿਕਾਰੀ ਜਾਂ ਕਰਮਚਾਰੀ ਨਜ਼ਰ ਨਹੀਂ ਆ ਰਿਹਾ ਜਦਕਿ ਪਿੰਡ ਦੇ ਲੋਕ ਜ਼ਰੂਰ ਮੌਜੂਦ ਨੇ ਤਾਂ ਹੁਣ ਜਿਸ ਗੱਡੀ ਦੇ ਵਿੱਚ ਤਿੰਨੇ ਮ੍ਰਿਤਕ ਦੇਹਾਂ ਨੇ ਉਸ ਗੱਡੀ ਨੂੰ ਹੁਣ ਅੱਗੇ ਤੋਰਿਆ ਜਾ ਰਿਹਾ ਯਾਨੀ ਕਿ ਲਾਜ਼ਮੀ ਤੌਰ ਤੇ ਸ਼ਮਸ਼ਾਨ ਘਾਟ ਵਾਲੇ ਪਾਸੇ ਹੁਣ ਮ੍ਰਿਤਕ ਦੇਹਾਂ ਨੂੰ ਲਿਜਾਇਆ ਜਾਏਗਾ ਤਾਂ ਪਰਿਵਾਰ ਕਿਤੇ ਨਾ ਕਿਤੇ ਜ਼ਰੂਰ ਨਾਰਾਜ਼ ਨਜ਼ਰ ਆ ਰਿਹਾ ਕਿ ਪੁਲਿਸ ਵੱਲੋਂ ਪ੍ਰੋਪਰ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਨਹੀਂ ਕੀਤੀ ਗਈ ਜਦਕਿ ਜੋ ਪਰਿਵਾਰ ਹੈ ਅੰਮ੍ਰਿਤਪਾਲ ਸਿੰਘ ਦਾ ਜੋ ਪਿਤਾ ਵੀ ਹੈ ਉਹ ਵੀ ਉਸ ਪਰਿਵਾਰ ਦੇ ਨਾਲ ਸਹਿਮਤ ਹੈ ਕਿ ਪ੍ਰੋਪਰ ਜਿਹੜੀ ਜਾਂਚ ਹੋਣੀ ਚਾਹੀਦੀ ਹੈ ਜੇਕਰ ਨਸ਼ੇ ਦੀ ਗੱਲ ਕਹੀ ਜਾ ਰਹੀ ਹੈ ਤਾਂ ਉਸ ਨੂੰ ਲੈ ਕੇ ਪੁਖਤਾ ਇਨਵੈਸਟੀਗੇਸ਼ਨ ਕੀਤੀ ਜਾਵੇ ਕਿਉਂਕਿ ਇਸ ਨੂੰ ਲੈ ਕੇ ਵੀ ਦੁਬਿਧਾ ਹੈ ਕਿ ਕੁਝ ਲੋਕ ਇਹ ਗੱਲ ਕਹਿ ਰਹੇ ਨੇ ਕਿ ਉਹ ਨਸ਼ੇ ਦਾ ਆਦੀ ਸੀ ਔਰ ਕੁਝ ਲੋਕਾਂ ਦਾ ਕਹਿਣਾ ਕਿ ਉਹ ਨਸ਼ਾ ਨਹੀਂ ਸੀ ਕਰਦਾ ਤਾਂ ਇਸ ਚੀਜ਼ ਨੂੰ ਲੈ ਕੇ ਵੀ ਇਹ ਇੱਕ ਜਾਂਚ ਦਾ ਵਿਸ਼ਾ ਹੈ ਤਾਂ ਹੁਣ ਤੁਸੀਂ ਦੇਖ ਸਕਦੇ ਕਿ ਬੜਾ ਗਮਗੀਨ ਮਾਹੌਲ ਹੈ ਪਿਛਲੇ 3 ਦਿਨਾਂ ਤੋਂ ਪੂਰਾ ਪਿੰਡ ਨਹੀਂ ਬਲਕਿ ਪੂਰਾ ਪੰਜਾਬ ਔਰ ਜਿੱਥੇ ਜਿੱਥੇ ਵੀ ਦੁਨੀਆ ਭਰ ਦੇ ਵਿੱਚ ਪੰਜਾਬੀ ਵੱਸਦੇ ਨੇ ਜਿਸ ਤੱਕ ਵੀ ਇਹ ਖਬਰ ਜਿਹੜੀ ਹੈ ਮੀਡੀਆ ਦੇ ਜ਼ਰੀਏ ਪਹੁੰਚ ਰਹੀ ਹੈ ਤਾਂ ਹਰ ਕੋਈ ਇਸ ਚੀਜ਼ ਨੂੰ ਲੈ ਕੇ ਹੈਰਾਨ ਵੀ ਹੈ ਔਰ ਚਿੰਤਤ ਵੀ ਹੈ ਕਿ ਆਖਿਰਕਾਰ ਇੱਕ ਸ਼ਖਸ ਆਪਣੇ ਹੀ ਖੂਨ ਦਾ ਕਿਸ ਤਰੀਕੇ ਦੇ ਨਾਲ ਪਿਆਸਾ ਜਾਂ ਆਪਣੇ ਹੀ ਖੂਨ ਦਾ ਕਿਸ ਤਰੀਕੇ ਦੇ ਨਾਲ ਦੁਸ਼ਮਣ ਬਣ ਗਿਆ ਤਾਂ ਉਸ ਵੱਲੋਂ ਇਹ ਵੀ ਤਰਸ ਨਹੀਂ ਕੀਤਾ ਗਿਆ ਕਿ ਇੱਕ ਛੋਟੀ ਜਿਹੜੀ ਮਾਸੂਮ ਜ਼ਿੰਦਗੀ ਹੈ 3 ਸਾਲ ਦਾ ਮਹਿਜ਼ ਜਿਹੜਾ ਉਸਦਾ ਭਤੀਜਾ ਸੀ ਉਹਦਾ ਵੀ ਬੇਰਹਿਮੀ ਦੇ ਨਾਲ ਉਸ ਵੱਲੋਂ ਕਤਲ ਕਰ ਦਿੱਤਾ ਗਿਆ ਤਾਂ ਉਸ ਕਰਕੇ ਹਰ ਕੋਈ ਹੈਰਾਨ ਹੈ ਤਾਂ ਹੁਣ ਪਿੰਡ ਦੇ ਲੋਕ ਰਿਸ਼ਤੇਦਾਰ ਆਸ ਪਾਸ ਦੇ ਜਿਹੜੇ ਵਾਸੀ ਨੇ ਉਹ ਇਹਨਾਂ 3 ਮ੍ਰਿਤਕ ਦੇਹਾਂ ਨੂੰ ਅੰਤਿਮ ਵਿਦਾਈ ਦੇਣ ਦੇ ਲਈ ਔਰ ਅੰਤਿਮ ਸੰਸਕਾਰ ਦੇ ਲਈ ਹੁਣ ਰਵਾਨਾ ਹੋ ਚੁੱਕੇ ਨੇ ਹਾਲਾਂਕਿ ਸੰਸਕਾਰ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਹੰਗਾਮਾ ਵੀ ਹੋਇਆ ਔਰ ਵੱਡੇ ਸਵਾਲ ਵੀ ਪੁਲਿਸ ਦੀ ਜਿਹੜੀ ਜਾਂਚ ਦੇ ਉੱਤੇ ਖੜ੍ਹੇ ਕੀਤੇ ਗਏ ਕਿ ਆਖਿਰਕਾਰ ਇੱਕ ਸ਼ਖਸ ਜੋ ਖੁਦ ਜੋ ਹੈ ਥਾਣੇ ਦੇ ਵਿੱਚ ਪਹੁੰਚ ਜਾਂਦਾ ਹੈ ਇਹ 3 ਕਤਲ ਕਰਨ ਤੋਂ ਬਾਅਦ ਔਰ ਉਸ ਤੋਂ ਬਾਅਦ ਉਸ ਨੂੰ ਜੋ ਹੈ ਜੁਡੀਸ਼ੀਅਲ ਕਸਟਡੀ ਦੇ ਵਿੱਚ ਹਾਲਾਂਕਿ ਭੇਜ ਦਿੱਤਾ ਗਿਆ ਜਦਕਿ ਪਰਿਵਾਰ ਦਾ ਇਹ ਕਹਿਣਾ ਸੀ ਕਿ ਉਸ ਦਾ ਰਿਮਾਂਡ ਲੈ ਕੇ ਉਸਦੀ ਪੁੱਛਗਿੱਛ ਕਰਨੀ ਚਾਹੀਦੀ ਸੀ ਪਰ ਲਾਜ਼ਮੀ ਤੌਰ 'ਤੇ ਕਿਉਂਕਿ ਪੁਲਿਸ ਵੱਲੋਂ ਜਦੋਂ ਵੀ ਕਿਸੇ ਮੁਲਜ਼ਮ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਤਾਂ ਰਿਮਾਂਡ ਦੀ ਮੰਗ ਕੀਤੀ ਜਾਂਦੀ ਹੈ ਪਰ ਇਸ ਮਾਮਲੇ ਦੇ ਵਿੱਚ ਕਿਉਂ ਪੁਲਿਸ ਨੂੰ ਰਿਮਾਂਡ ਹਾਸਲ ਨਹੀਂ ਹੋਇਆ ਉਹ ਇੱਕ ਤਕਨੀਕੀ ਪਹਿਲੂ ਹੈ ਪਰ ਦੂਸਰੇ ਪਾਸੇ ਜਾਂਚ ਨੂੰ ਲੈ ਕੇ ਸਵਾਲ ਜ਼ਰੂਰ ਖੜ੍ਹੇ ਕੀਤੇ ਜਾ ਰਹੇ ਨੇ ਤਾਂ ਇਸ ਵੇਲੇ ਤੁਸੀਂ ਦੇਖੋ ਕਿ ਪੂਰਾ
ਪਿੰਡ ਜੋ ਹੈ ਉਹ ਦੁੱਖ ਦੇ ਵਿੱਚ ਪਰਸੋਂ ਤੋਂ ਹੀ ਡੁੱਬਿਆ ਹੋਇਆ। ਹਾਲਾਂਕਿ ਕੱਲ੍ਹ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਅੰਤਿਮ ਸੰਸਕਾਰ ਕੀਤਾ ਜਾਏਗਾ, ਪਰ ਕੱਲ੍ਹ ਬੱਚੇ ਦਾ ਪਿਤਾ ਜੋ ਹੈ ਉਹ ਜ਼ਰੂਰ ਸਵੇਰੇ 7 ਵਜੇ ਦੇ ਕਰੀਬ ਦੁਬਈ ਤੋਂ ਆਪਣੇ ਪਿੰਡ ਪਹੁੰਚ ਚੁੱਕਿਆ ਸੀ, ਪਰ ਬੱਚੇ ਦਾ ਜਿਹੜਾ ਦਾਦਾ ਹੈ ਉਹ ਕੱਲ੍ਹ ਦੇਰ ਸ਼ਾਮ ਜੋ ਹੈ, ਕਿਉਂਕਿ ਉਹਨਾਂ ਦੀ ਡਿਊਟੀ ਜਿਹੜੀ ਉਹ ਝਾਰਖੰਡ ਦੇ ਵਿੱਚ ਹੈ, ਤਾਂ ਉਹਨਾਂ ਨੂੰ ਪਹੁੰਚਣ ਦੇ ਵਿੱਚ ਸਮਾਂ ਲੱਗਿਆ, ਤਾਂ ਪੋਸਟਮਾਰਟਮ ਜੋ ਹੈ ਕੱਲ੍ਹ ਕਰ ਦਿੱਤਾ ਗਿਆ ਸੀ ਤਿੰਨਾਂ ਦਾ ਅਜਨਾੜਾ ਦੇ ਸਿਵਲ ਹੌਸਪੀਟਲ ਦੇ ਵਿੱਚ ਜੀ, ਔਰ ਅੱਜ ਅੰਤਿਮ ਸੰਸਕਾਰ ਜੋ ਹੈ ਉਹ ਕੀਤਾ ਜਾਣਾ। ਤਾਂ ਕਿਉਂਕਿ ਇਹ ਵੀ ਆਪਣੇ ਆਪ ਦੇ ਵਿੱਚ ਬੜੀ ਮੰਦਭਾਗੀ ਗੱਲ ਹੈ ਕਿ ਇੱਕ ਦਾਦੀ ਪੋਤੇ ਔਰ ਉਸ ਦਾਦੀ ਦੀ ਜਿਹੜੀ ਨੂੰਹ ਹੈ ਤਿੰਨਾਂ ਦਾ ਇੱਕੋ ਵੇਲੇ ਇਸ ਤਰੀਕੇ ਦੇ ਨਾਲ ਅੰਤਿਮ ਸੰਸਕਾਰ ਹੋਣਾ, ਉਸ ਚੀਜ਼ ਨੂੰ ਲੈ ਕੇ ਵੀ ਹਰ ਕਿਸੇ ਦੀ ਜਿਹੜੀ ਜਦੋਂ ਇਸ ਬਾਰੇ ਸੋਚਦੇ ਵੀ ਨੇ ਤਾਂ ਰੂਹ ਜ਼ਰੂਰ ਕੰਬਦੀ ਹੈ। ਪਰ ਉਸ ਸ਼ਖਸ ਨੂੰ ਆਖਿਰਕਾਰ ਤਰਸ ਕਿਉਂ ਨਹੀਂ ਆਇਆ ਜਿਸ ਨੇ ਆਪਣੀ ਮਾਂ, ਆਪਣੀ ਭਾਬੀ ਔਰ ਛੋਟੇ ਬੱਚੇ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ। ਉਹ ਤਸਵੀਰਾਂ ਵੀ ਦਿਖਾ ਰਹੇ ਆ ਜਿਸ ਦੇ ਵਿੱਚ ਪਰਿਵਾਰ ਜਿਹੜਾ ਹੈ ਬੇਹੱਦ ਜ਼ਿਆਦਾ ਭਾਵੁਕ ਹੈ। ਇੱਕ ਪਾਸੇ ਉੱਪਰਲੇ ਪਾਸੇ ਅਸੀਂ ਉਸ ਮਾਸੂਮ ਦੀ ਪੁਰਾਣੀ ਵੀਡੀਓਜ਼ ਵੀ ਦਿਖਾ ਰਹੇ ਆ ਜਿਸ ਦੇ ਵਿੱਚ ਉਹ ਖੇਡਦਾ ਹੋਇਆ ਝੂਲੇ ਲੈਂਦਾ ਹੋਇਆ ਔਰ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਜਾਂਦਾ ਹੋਇਆ ਨਜ਼ਰ ਆ ਰਿਹਾ। ਯਾਨੀ ਕਿ ਉਹ ਵੀਡੀਓਜ਼ ਜਿਹੜੀਆਂ ਨੇ ਬਹੁਤ ਜ਼ਿਆਦਾ ਭਾਵੁਕ ਕਰਦੀਆਂ ਨੇ, ਕਿਉਂਕਿ ਬੇਸ਼ੱਕ 3 ਦਿਨ ਇਸ ਮਾਮਲੇ ਨੂੰ ਹੋ ਚੁੱਕੇ ਨੇ, ਪਰ ਹਰ ਕੋਈ ਸੋਚ ਕੇ ਜਿਹੜਾ ਹੈ ਉਹ ਕੰਬ ਜਾਂਦਾ ਹੈ ਕਿ ਇਸ ਕਿਸਮ ਦੇ ਨਾਲ ਜਿਹੜੇ ਰਿਸ਼ਤੇ ਨੇ ਅੱਜ ਦੇ ਖੋਖਲੇ ਹੋ ਚੁੱਕੇ ਨੇ ਪੂਰੀ ਤਰ੍ਹਾਂ ਦੇ ਨਾਲ। ਕਿਉਂਕਿ ਜਦੋਂ ਪਰਿਵਾਰ ਦਾ ਮੈਂਬਰ ਹੀ ਆਪਣਾ ਚਾਚਾ ਹੀ ਸਕੇ ਭਤੀਜੇ ਦਾ ਔਰ ਉਸਦੀ ਭਰਜਾਈ ਦਾ ਆਪਣੀ ਮਾਂ ਦਾ ਕੁੱਖੋ ਜੰਮਿਆ ਉਸ ਮਾਂ ਨੇ ਉਸਦਾ ਵੀ ਕਤਲ ਕਰ ਦੇਵੇ, ਅਜਿਹੀ ਕਿ ਵੱਡੀ ਵਜ੍ਹਾ ਬਣੀ ਔਰ ਇਸ ਨੂੰ ਲੈ ਕੇ ਸਾਰਾ ਪਰਿਵਾਰ ਬਹੁਤ ਜ਼ਿਆਦਾ, ਖਾਸ ਤੌਰ 'ਤੇ ਜਿਹੜਾ ਅਵਰੀਤ ਦਾ ਪੇਕਾ ਪਰਿਵਾਰ ਬਹੁਤ ਜ਼ਿਆਦਾ ਰੋਹ ਦੇ ਵਿੱਚ ਹੈ। ਉਹਨਾਂ ਦਾ ਕਹਿਣਾ ਹੈ ਕਿ ਇਨਸਾਫ਼ ਦਿੱਤਾ ਜਾਵੇ ਕਿਉਂਕਿ ਉਸਦੀ ਪਤਨੀ ਬਿਲਕੁਲ ਭਾਗੀਦਾਰ ਹੈ। ਹਾਲਾਂਕਿ ਹੰਗਾਮਾ ਹੋਇਆ, ਇੱਕ ਵਾਰ ਉਹਨਾਂ ਨੇ ਸੰਸਕਾਰ ਤੋਂ ਮਨਾ ਕਰ ਦਿੱਤਾ, ਪਰ ਫਿਰ ਬਾਅਦ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸਹਿਮਤੀ ਕਿਤੇ ਨਾ ਕਿਤੇ ਬਣ ਗਈ ਹੋਏਗੀ, ਕਿਉਂਕਿ ਜਦੋਂ ਇਸ ਤਰੀਕੇ ਦੇ ਨਾਲ 3 ਦਿਨ ਹੋ ਚੁੱਕੇ ਨੇ ਲਾਸ਼ਾਂ ਨੂੰ, ਤਾਂ ਉਹਨਾਂ ਦਾ ਸੰਸਕਾਰ ਜਿਹੜਾ ਕਰ ਦਿੱਤਾ ਜਾਵੇ ਤਾਂ ਲੱਗਿਆ ਹੋਏਗਾ ਕਿ ਬਿਹਤਰ ਹੈ। ਪਰ ਇੱਕ ਸਵਾਲ ਇੱਥੇ ਜ਼ਰੂਰ ਬਣਿਆ ਹੋਇਆ ਹੈ, ਹਾਲਾਂਕਿ ਪੁਲਿਸ ਨੂੰ ਲੈ ਕੇ ਇਹ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਉਸ ਤਰੀਕੇ ਦੇ ਨਾਲ ਜਾਂਚ ਨਹੀਂ ਹੋ ਰਹੀ ਜੋ ਹੋਣੀ ਚਾਹੀਦੀ ਸੀ। ਐਗਜ਼ੈਕਟਲੀ ਪਰਿਵਾਰ ਕਿਸੇ ਨੂੰ ਦੋਸ਼ੀ ਨਹੀਂ ਠਹਿਰਾ ਰਿਹਾ, ਪਰ ਉਹਨਾਂ ਨੇ ਕਿਹਾ ਕਿ ਸਾਨੂੰ ਇਨਸਾਫ਼ ਚਾਹੀਦਾ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਦੁੱਖ ਵਾਲੀਆਂ ਨੇ, ਦੁੱਖ ਭਰੀਆਂ ਤਸਵੀਰਾਂ ਨੇ। ਪੂਰਾ ਪਰਿਵਾਰ ਪਰਸੋਂ ਤੋਂ ਹੀ ਗਮ ਦੇ ਵਿੱਚ ਡੁੱਬਿਆ ਹੋਇਆ। ਤਾਂ ਜਿਹੜੀਆਂ ਭੈਣਾਂ ਉਹਨਾਂ ਦੀਆਂ ਇਸ ਵੇਲੇ ਗੱਲਬਾਤ ਕਰ ਰਹੀਆਂ ਨੇ, ਉਹਨਾਂ ਨੇ ਦਰਅਸਲ ਆਪਣੀ ਛੋਟੀ ਭੈਣ ਨੂੰ ਵੀ ਧੀਆਂ ਦੇ ਵਾਂਗ ਹੀ ਪਾਲਿਆ ਸੀ ਔਰ ਆਪਣੀ ਛੋਟੀ ਭੈਣ ਦੇ ਬੇਟੇ ਨੂੰ ਇੱਕ ਚੰਗਾ ਉਸਦਾ ਭਵਿੱਖ ਦੇਖਦਿਆਂ ਹੋਇਆ ਚੰਗੇ ਸਕੂਲ ਦੇ ਵਿੱਚ ਐਡਮਿਸ਼ਨ ਕਰਵਾਈ ਸੀ। ਪਰ ਸ਼ਾਇਦ ਇਹੀ ਚੀਜ਼ਾਂ ਜਿਹੜੀਆਂ ਉਸ ਨੂੰ ਚੰਗੀਆਂ ਨਹੀਂ ਸੀ ਲੱਗਦੀਆਂ। ਤਾਂ ਪਰਸੋਂ ਅੰਮ੍ਰਿਤਪਾਲ ਸਿੰਘ ਦੀ ਪਤਨੀ ਇੱਥੇ ਪਹੁੰਚੀ ਸੀ, ਪਰ ਪਰਿਵਾਰ ਦਾ ਕਹਿਣਾ ਕਿ ਉਸਦੇ ਕੋਲੋਂ ਵੀ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਦੇ ਪਰਿਵਾਰਕ ਮੈਂਬਰ ਔਰ ਜਿਹੜੀ ਵੱਡੀ ਭੈਣ ਹੈ ਉਹ ਸਾਡੇ ਨਾਲ ਨੇ। ਭੈਣ ਜੀ, ਅਸੀਂ ਉਸ ਦਿਨ ਵੀ ਤੁਹਾਡੀ ਸਿਸਟਰ ਨਾਲ ਗੱਲਬਾਤ ਕੀਤੀ ਸੀ, ਤੁਸੀਂ ਆਪਣੀ ਭੈਣ ਨੂੰ ਆਪਣੀਆਂ ਧੀਆਂ ਦੇ ਵਾਂਗ ਪਾਲਿਆ ਔਰ ਆਪਣੀ ਧੀ ਦਾ ਜਿਹੜਾ ਪੁੱਤ ਹੈ ਤੁਹਾਡਾ, ਦੋਤਾ ਅਸੀਂ ਕਹਿ ਸਕਦੇ ਹਾਂ, ਉਹਦਾ ਚੰਗਾ ਭਵਿੱਖ ਦੇਖਿਆ ਸੀ, ਪਰ ਸਾਰੀ ਕੀਤੀ ਕਿਰਾਏ ਤੇ ਇਸ ਸ਼ਖਸ ਨੇ ਪਾਣੀ ਫੇਰਤਾ। ਹੁਣ ਮੰਗ ਕੀ ਕਰ ਰਹੇ ਹੋ ਵੀਰ ਜੀ? ਅਸੀਂ ਉਦਣ ਵੀ ਇਹੀ ਮੰਗ ਕਰਦੇ ਹਾਂ ਕਿ ਉਹ ਦੱਸੋ, ਸਰਕਾਰ ਆ, ਸਰਕਾਰ ਕੋਲ ਇੰਨੀ ਟੈਕਨੋਲੋਜੀ ਆ ਕਿ ਸਰਕਾਰ ਨੇ ਇੱਕ ਵਾਰੀ ਵੀ ਨਹੀਂ ਸੋਚਿਆ, ਪੁਲਿਸ ਨੇ ਇੱਕ ਵਾਰੀ ਵੀ ਨਹੀਂ ਸੋਚਿਆ ਕਿ ਅਸੀਂ ਇਹਦਾ ਵੇਖੀਏ ਕਿ ਐਡਾ ਕੱਲਾ ਹੀ ਇਹਦਾ ਕਿਹੜਾ ਨਸ਼ਾ ਸੀ, ਜਿਹੜੀ ਕਿਹੜੀ ਚਿਪ ਸੀ ਉਹ ਜਿਹੜੀ ਇਹ ਕੈਪਸੂਲ ਸਮਝ ਕੇ ਖਾ ਗਿਆ। ਕੀ ਗੱਲ, ਇਹਨੂੰ ਕਿਸੇ ਨੇ ਕੋਈ ਨਹੀਂ ਮੋਟੀਵੇਟ ਕੀਤਾ, ਕਿਸੇ ਨੇ ਕੋਈ ਨਹੀਂ ਹਿਪਨੋਟਾਈਜ਼ ਕੀਤਾ ਹੋਊਗਾ ਵੀ ਭਾਈ ਤੂੰ ਇਹ ਕੰਮ ਕਰ, ਅਸੀਂ ਤੇਰੇ ਨਾਲ ਆ।
ਤੁਸੀਂ ਵੀ ਇੱਕ ਇਨਸਾਨੀਅਤ ਦੇ ਨਾਤੇ, ਸਰਕਾਰ ਵੀ ਇੱਕ ਇਨਸਾਨੀਅਤ ਦੇ ਨਾਤੇ, ਪੁਲਿਸ ਵੀ ਇੱਕ ਇਨਸਾਨੀਅਤ ਨਾਤੇ ਸੋਚੋ, ਉਸ ਬੱਚੇ ਦੇ ਤੌਰ ਤੇ ਸੋਚੋ ਕੀ ਗੱਲ, ਇਹ ਐਡਾ ਦਰਿੰਦਾ ਹੋ ਗਿਆ ਕਿ ਨਸ਼ਾ ਇਹਨੂੰ ਇੰਨਾ ਹੈਵੀ ਹੋ ਗਿਆ ਵੀ ਇਹਨੇ। ਬਹੁਤ ਜ਼ਰੂਰੀ ਗੱਲ ਜਿਹੜੀ ਪੁਲਿਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਪੁਲਿਸ ਨੇ ਉਸ ਦਿਨ ਕਿਹਾ ਸੀ ਕਿ ਨਸ਼ੇ ਵਾਲੀ ਗੱਲ ਤੇ ਅਸੀਂ ਜਾਂਚ ਕਰ ਰਹੇ ਹਾਂ, ਪਰ ਜਿਹੜਾ ਜ਼ਿਆਦਾਤਰ ਉਹਨਾਂ ਨੇ ਕਿਹਾ ਘਰੇਲੂ ਕਲੇਸ਼ ਕੇਸ ਦੀ ਪਤਨੀ ਘਰ ਰਹਿ ਰਹੀ ਹੈ, ਇਹੀ ਗੱਲ ਤੇ ਯੂ ਟਰਨ ਲੈ ਲਿਆ ਹੈ ਕਿ ਇਹ ਪ੍ਰੋਪਰ ਨਸ਼ਾ ਹੀ ਆ। ਸਾਨੂੰ ਕੱਲ ਸਾਡੇ ਵੀਰ ਜੀ ਹੁਣੀ ਸਾਡੇ ਫਾਦਰ ਸਾਹਿਬ ਗਏ ਆ ਪੁਲਿਸ ਕੋ, ਉਹਨਾਂ ਨੇ ਬੋਲਿਆ ਕੋਈ ਗੱਲ ਨੀ, ਸੀ ਏ ਸਟਾਫ ਲੈ ਆਇਆ ਆ, ਇਹਦੀ ਪੂਰੀ ਪੁੱਛ ਗਿੱਛ ਹੋਊਗੀ। ਸ਼ਾਮਾਂ ਨੂੰ ਸਾਨੂੰ ਫੋਨ ਆਉਂਦਾ ਆ, ਨਹੀਂ ਜੀ ਇੱਥੇ ਥੋੜਾ ਜਿਹਾ ਟੋਰਚਰ ਕਰਿਆ ਸੀਗਾ, ਇਹ ਚੱਲ ਨੀ ਸਕਿਆ, ਇਸ ਕਰਕੇ ਇਹਨੂੰ ਅਸੀਂ ਜੇਲੇ ਭੇਜ ਦਿੱਤਾ ਆ। ਇਹ ਬਹੁਤ ਸੌਖਾ ਹੋ ਗਿਆ, ਉਹ ਇਹ ਤੇ ਫੇਰ ਆਊਗਾ ਉੱਥੇ ਜਾ ਕੇ ਥੋੜਾ ਜਿਹਾ ਬਿਮਾਰ ਹੋਊਗਾ, ਪੁਲਿਸ ਇਹਨੂੰ ਹਸਪੀਟਲ ਲੈ ਆਊਗੀ, ਉੱਥੋਂ ਆ ਕੇ ਰਿਮਾਂਡ ਫਰਮਾਊਗਾ, ਫੇਰ ਇਹ ਕ੍ਰਿਮੀਨਲ ਕਾਂਡ ਕਰੂਗਾ। ਕੋਈ ਤੁਹਾਡੀ ਛੋਟੀ ਭੈਣ ਹੈ, ਅਕਸਰ ਵੱਡੀਆਂ ਭੈਣਾਂ ਦੇ ਨਾਲ ਜਾਂ ਮਾਂ ਤੋਂ ਵੀ ਵੱਧ ਭੈਣਾਂ ਦੇ ਨਾਲ ਹਰ ਗੱਲ ਦਿਲ ਦੀ ਸਾਂਝੀ ਕੀਤੀ ਜਾਂਦੀ ਹੈ, ਕਦੀ ਭੈਣ ਨੇ ਤੁਹਾਡੇ ਨਾਲ ਪਹਿਲਾਂ ਇਹ ਗੱਲ ਕਹੀ ਕਿ ਇਸ ਤਰੀਕੇ ਦੇ ਨਾਲ ਇਹ ਤੰਗ ਪਰੇਸ਼ਾਨ ਕਰਦਾ ਜਾਂ ਉਸਦੀ ਪਤਨੀ ਕੋਈ ਵਿਵਾਦ ਕਰਦੀ? ਉਹ ਦੇਖੋ ਜੀ ਸਿੱਧਾ ਨਹੀਂ ਸੀ ਕਰਦਾ, ਪਤਨੀ ਵੀ ਸਿੱਧਾ ਨਹੀਂ ਸੀ ਕਰਦੀ, ਪਤਨੀ ਸਾਨੂੰ ਨਹੀਂ ਪਤਾ ਉਹ ਫੋਨ ਦੇ ਉੱਤੇ ਇਹਨਾਂ ਦੇ ਵਿੱਚ ਕੀ ਗੇਟ ਮਿਟ ਹੁੰਦੀ ਸੀ, ਕੀ ਕਰਦੇ ਸੀਗੇ, ਉਹ ਜਦੋਂ ਵੀ ਪ੍ਰੈਸ਼ਰਾਈਜ਼ ਕਰਦਾ ਸੀ ਆਪਣੀ ਮਾਂ ਨੂੰ ਕਰਦਾ ਸੀ। ਸਾਡੀ ਸਿਸਟਰ ਨੇ ਕਦੀ ਉਹਦੇ ਨਾਲ ਕੋਈ ਵੀ ਇਨਵੋਲਵਮੈਂਟ ਨਹੀਂ ਕੀਤੀ। ਹਾਂ ਇੱਕ ਦਿਨ ਉਹਦੇ ਰੂਮ 'ਚ ਜਾ ਕੇ ਉਹਨੂੰ ਹੱਥ ਜੋੜ ਕੇ ਕਹਿੰਦਾ ਮੈਨੂੰ 500 ਰੁਪਇਆ ਦੇ ਦੇ, ਮੈਨੂੰ 500 ਦੇ ਦੇ। ਸਾਡੀ ਭੈਣ ਉਦਣ ਵੀ ਡਰਦੀ ਹੈ ਕਿ ਮੇਰੇ ਰੂਮ 'ਚ ਕਿਉਂ ਆਇਆ, ਅਦਰਵਾਈਜ਼ ਉਹਨੂੰ ਨਹੀਂ ਸੀ ਵੇਖਦਾ, ਨਹੀਂ ਸੀ ਉੱਚੀ ਵਾਜ। ਦਿੱਕਤ ਉਦੋਂ ਜ਼ਿਆਦਾ ਵਧੀ ਜਦੋਂ ਤੁਸੀਂ ਆਪਣੇ ਦੋਤੇ ਦੀ ਐਡਮਿਸ਼ਨ ਚੰਗੇ ਸਕੂਲ 'ਚ ਕਰਾਈ। ਉਦੋਂ ਵਧੀ ਕਿਉਂਕਿ ਉਸ ਦਿਨ ਅਸੀਂ ਦੋਨੋਂ ਭੈਣਾਂ ਬੈੱਡ ਤੇ ਬੈਠੀਆਂ, ਮੈਂ ਕਿਹਾ ਵਰੀਤ ਤੂੰ ਮੇਰੇ, ਮੈਂ ਕਿਹਾ ਚਲੋ ਹਰ ਇੱਕ ਫੈਮਿਲੀ ਦੇ ਵਿੱਚ ਪ੍ਰੋਬਲਮ ਹੁੰਦੀ ਆ ਕਿ ਮੈਂ ਵੀ ਆਪਣੇ ਜਦੋਂ ਬੱਚੇ ਕਰਵਾਏ ਸੀਗੇ ਮੇਰੇ ਵੀ ਇਸ਼ੂ ਆਇਆ ਸੀਗਾ, ਕਹਿੰਦੀ ਮੇਰੇ ਤੇ ਬਹੁਤ ਵੱਡਾ ਆਉਣਾ ਆ, ਮੇਰੇ ਬਹੁਤ ਵੱਡਾ। ਮੈਂ ਕਿਹਾ ਤੂੰ, ਉਹਨਾਂ ਨੂੰ ਅੰਦਾਜ਼ਾ ਸੀ ਕਿ ਇਹ ਗੱਲ, ਮੇਰੇ ਨਾਲ ਇਹ ਗੱਲ ਸ਼ੇਅਰ ਕੀਤੀ ਆ, ਕਹਿੰਦੀ ਬਹੁਤ ਵੱਡਾ ਆਉਣਾ। ਮੈਂ ਕਿਹਾ ਚੱਲ ਠੀਕ ਆ, ਆਉਣਾ ਤੂੰ ਕਿੱਦਾਂ ਮੈਨੇਜ ਕਰੇਂਗੀ? ਕਹਿੰਦੀ ਕੋਈ ਨਹੀਂ, ਮੇਰੀ ਸੱਸ ਕਹਿੰਦੀ ਆ ਤੂੰ ਇੱਥੇ ਦੋ ਦਿਨ ਇਹਨੂੰ ਕੱਲ ਤੇ ਫਿਰ ਤੂੰ ਇੱਥੇ ਆ ਜੀ। ਮੈਂ ਕਿਹਾ ਵਰੀਤ ਜਿਸ ਦਿਨ ਤੇਰੀ ਵੈਨ ਆਊਗੀ ਇਹਨਾਂ ਨੂੰ ਫਿਰ ਵੀ ਪਤਾ ਲੱਗਣਾ। ਕਹਿੰਦੀ ਕੋਈ ਨਾ ਮੈਂ ਹੌਲੀ ਹੌਲੀ ਦੱਸੂਗੀ, ਹੌਲੀ ਹੌਲੀ ਸਿਰਫ ਦੋ ਦਿਨ। ਇੱਕ ਦਿਨ ਚ ਉਸ ਬੰਦੇ ਨੇ ਉਹਦਾ ਪਤਾ ਕਰ ਲਿਆ ਕਿਹੜੇ ਸਕੂਲ ਜਾਂਦਾ, ਕਿੱਦਾਂ ਜਾਂਦਾ ਹੈ, ਔਰ ਅਗਲੇ ਦਿਨ ਉਹ ਉਦਾਂ ਹੀ ਬੈਠ ਗਿਆ। ਪੁਲਿਸ ਨੇ ਉਹਦੀ ਜਿਹੜੀ ਪਤਨੀ ਹੈ ਉਹਦੇ ਕੋਲ ਕੋਈ ਪੁੱਛਗਿੱਛ ਕੀਤੀ? ਕਿਉਂਕਿ ਇਹ ਗੱਲ ਕਹੀ ਜਾ ਰਹੀ ਫੋਨ ਤੇ ਗੱਲਬਾਤ, ਇਹ ਮੇਰੀ ਸਿਸਟਰ ਨੇ ਇਹ ਗੱਲ ਕੀਤੀ ਆ ਕਿ ਅਜੇ ਮੈਂ ਸਰਚ ਕਰਦੀ ਪਈ ਸਾਂ। ਮੈਂ ਆਪਣੀ ਉਹਦੇ ਨਾਲ ਗੱਲ ਸ਼ੇਅਰ ਕੀਤੀ ਵੀ ਅਵਰੀਤ ਜਦੋਂ ਮੈਂ ਗੁਰਬੀ ਨੂੰ ਸਕੂਲ ਪਾਉਣਾ ਸੀ ਨਾ, ਮੈਂ ਸਰਚ ਕਰਦੀ ਸਾਂ ਤੇ ਮੇਰੀ ਜਠਾਣੀ ਵੀ ਮੈਨੂੰ ਮਤਲਬ ਕਹਿੰਦੀ ਸੀ ਕਿ ਤੁਹਾਡਾ ਬੱਚਾ ਛੋਟਾ ਹੈ ਜੀ ਠਹਿਰ ਕੇ ਕਰੀ, ਪਰ ਆਂਦੀ ਕਿ ਮੈਂ ਵੀ ਜਦੋਂ ਸਕੂਲ ਕਰਦੀ ਸੀ ਨਾ ਮੇਰੀ ਜਠਾਣੀ ਕਹਿੰਦੀ ਸੀ ਸਾਨੂੰ ਵੀ ਜੇ ਸੱਸ ਚੰਗੇ ਥਾਂ ਪੈਸੇ ਦਿੰਦੀ ਅਸੀਂ ਵੀ ਆਪਣੀ ਕੁੜੀ ਚੰਗੀ ਪੜ੍ਹਾ ਲੈਂਦੇ, ਤੇ ਕਹਿੰਦੀ ਕਿ ਮੈਂ ਕਿਹਾ ਦੀਦੀ ਤੁਸੀਂ ਵੀ ਪੜ੍ਹਾ ਲੈਂਦੇ, ਮੈਂ ਤਾਂ ਆਪਣੇ ਸਿਰ ਤੇ ਕਰਨਾ ਜੋ ਵੀ ਕਰਨਾ, ਮੈਂ ਕਿਹੜਾ ਅਜੇ ਕਰਵਾ ਦਿੱਤਾ? ਕਹਿੰਦੀ ਮੈਂ ਉਹਨਾਂ ਨੂੰ ਬਿਲਕੁਲ ਪਿਣਕ ਵੀ ਨਹੀਂ ਲੱਗਣ ਦਿੱਤੀ ਕਿ ਮੈਂ ਆਪਣਾ ਬੱਚਾ, ਮੈਂ ਆਪਣੇ ਹਸਬੈਂਡ ਨੂੰ ਫੋਨ ਕੀਤਾ ਆ, ਮੈਂ 4 ਸਕੂਲਾਂ ਦੀ ਸਰਚ ਕੀਤੀ ਆ।